घर मित्र बनना दादा यार तेन क्रिया करके बनाया बीबे गल सुन लो, कोई गल करना तो गल सुनी जी होंगी ना, कोई हाई ना कोई चलते नहीं कर फिर गल सारी कारवाई की गई है जी माफिया के ना लेंगे देखो नंबर है अपने डॉक्यूमेंट विखाओ ਤੁਹਾਡੇ ਨੰਬਰ ਹੈਗੇ ਨੇ 35 68 78 70 ਇਹਨਾਂ 'ਚੋਂ 16 ਕਲਾਟ ਅਖਬਾਰ ਤੁਹਾਡੇ ਹੈਗੇ ਨੇ ਤੁਹਾਡੇ ਕੋਲ ਹੈਗੇ ਨੇ ਕਹਿੰਦੇ ਫਿਰ ਤੁਹਾਡੇ ਘੱਟ ਦੇ ਤੁਸੀਂ ਦੁਬਾਰਾ ਨਹੀਂ ਕਰ ਸਕਦੇ ਤੁਸੀਂ ਲੈ ਲਓ ਕੋਈ ਦੁਬਾਰਾ ਦੀ ਲੋੜ ਕੋਈ ਨਹੀਂ ਹੈਗੀ ਫਿਰ ਆਹ ਇਹਨਾਂ ਦਾ ਵਾਰਡ ਹੈਗਾ ਜੀ ਆਹ ਵਾਰਡ ਦੇ ਬਕਾਇਦਾ ਨੰਬਰ ਰਹੇ ਹੈਗੇ ਨੇ ਜੀ ਬੜੀ ਮੁਸ਼ਕਲ ਸਾਨੂੰ ਅਵਾਰਡ ਮਿਲਿਆ ਪਹਿਲਾਂ ਸਾਨੂੰ ਪਹਿਲਾਂ ਅਵਾਰਡ ਨਹੀਂ ਸੀ ਮਿਲਦਾ ਜੀ ਸਾਨੂੰ ਪਹਿਲਾਂ ਅਵਾਰਡ ਹੀ ਨਹੀਂ ਸੀ ਮਿਲਦਾ ਜੀ ਹੁਣ ਅਵਾਰਡ ਮਿਲਿਆ ਐਕਸਿਸ ਟਾਈ ਜਿਹੜੀ ਕਿ ਸਾਡਾ ਬੰਦਾ ਨਾਲ ਰਲਾ ਲਿਆ ਕਿ ਨਾਲ ਜਿਹੜਾ ਤੋਰਿਆ ਸੀ ਨਾ ਕੇਸ ਲੜਨ ਵਾਸਤੇ ਉਹ ਵੀ ਨਾਲ ਮਾਫੀਆ ਨਾਲ ਰਲਾ ਲਿਆ ਕੀ ਨਾਮ ਆ ਉਹਦਾ ਉਹਦੇ ਨਾਲ ਆਪਣਾ ਦਰਦਿਆਲ ਸਿੰਘ ਸੀ ਜੀ ਗ੍ਰਾਸ ਪਰਸਨ ਕਹਿੰਦੇ ਜਾਪਾਂ ਨੂੰ ਕੋਈ ਡੈਥ ਹੋ ਗਈ ਉਹ ਉਹ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਆਪਾਂ ਖੜੇ ਕਿੱਥੇ ਆ ਗਏ ਆ ਤੇ ਯਾਰ ਜੇ ਸੋਚਣ ਦੀ ਗੱਲ ਹੈਗੀ ਹੈ ਕਿ ਜੇ ਕਹਿਣ ਦਾ ਭਾਵ ਹੈ ਮਾਫੀਆ ਜਾ ਕੇ ਹਾਈ ਕੋਰਟ ਸੁਪਰੀਮ ਕੋਰਟ ਦਾ ਗਲਤ ਕੰਮ ਕਰਾ ਲਿਆ ਆ ਤੇ ਕੋਈ ਇਨਸਾਨੀ ਨਾਮ ਦੀ ਚੀਜ਼ ਵੀ ਹੈਗੀ ਹੈ ਕਿ ਜਿਹਦੇ ਵਿੱਚ ਕਹਿਣ ਦਾ ਭਾਵ ਹੈ ਕਿ ਬੜੀ ਜਿਹੜੀ ਪਰਜਾ ਹੈਗੀ ਹੈ ਜਿੰਨੇ ਵੀ ਲੋਕ ਇੱਥੇ ਰਹਿੰਦੇ ਨੇ ਜਿੰਨੇ ਵੀ ਘਰਾਂ ਦੇ ਵਿੱਚ ਪੁਲਿਸ ਅੱਜ ਕਾਰਵਾਈ ਕਰਨ ਆਈ ਹੈ ਜਿਹੜੀ ਇੰਪਰੂਵਮੈਂਟ ਟਰੱਸਟ ਵੱਲੋਂ ਇਹ ਦੇਖੋ ਜੀ ਕੋਰਟ ਦਾ ਕੋਰਟ ਦੇ ਨਹੀਂ ਇਹਨਾਂ ਕੋਲੋਂ ਕੋਈ ਸਟੇ ਵੀ ਇਹਨਾਂ ਨੇ ਲਿੱਤੀ ਨਹੀਂ ਦੇਖੋ ਇਦਾਂ ਹੈਗਾ ਜੀ ਸਟੇ ਦੀ ਗੱਲ ਸੁਣ ਲਓ ਜੀ ਜਿਹੜੀ ਸਟੇ ਦੀ ਗੱਲ ਹੈਗੀ ਨਾ ਸਟੇ ਤੱਕ ਇਹਨਾਂ ਨੇ ਮਾਫੀਆ ਨਹੀਂ ਜਾਣ ਦਿੱਤਾ ਜਦੋਂ ਅਸੀਂ ਕਾਗਜ਼ ਮੰਗਦੇ ਸੀ ਨਾ ਜਦੋਂ ਕਾਗਜ਼ ਮੰਗਦੇ ਸੀ ਉਸ ਟਾਈਮ ਜਿਸਲੀ ਵੀ ਨਾਲ ਲਈ ਹੈਗੀ ਸੀ ਉਹ ਜਿੱਦਾਂ ਕਹਿੰਦੇ ਨੇ ਕਿ ਮਤਲਬ ਕੇਸ ਨੂੰ ਡਿਸਮਿਸ ਕਰ ਦਿੰਦੀ ਸੀ ਜਾਂ ਗਾਂ ਤੋੜ ਦਿੰਦੀ ਸੀ ਜੇ ਅੱਜ ਮੌਕਾ ਮਿਲਿਆ ਸਾਨੂੰ ਖੜੇ ਹੋਣ ਵਾਸਤੇ ਅੱਜ ਸਾਡੀ ਸਰਕਾਰ ਸਾਨੂੰ ਮਾਰਨ ਤਿਆਰ ਬੈਠੀ ਹੈ ਬੜੇ ਕੋਈ ਨੋਟਿਸ ਵਗੈਰਾ ਨਹੀਂ ਆਇਆ ਤੁਹਾਨੂੰ ਕੋਰਟ ਵੱਲੋਂ ਕੋਈ ਨੋਟਿਸ ਵਗੈਰਾ ਨਹੀਂ ਆਇਆ ਸੀਗਾ ਕਿਸਾ ਜੀ ਸਾਨੂੰ ਕੋਰਟ ਵੱਲੋਂ ਨੋਟਿਸ ਕੋਈ ਆਇਆ ਸਾਨੂੰ ਪਬਲਿਕ ਨੋਟਿਸ ਦਾ ਟਾਈਮ ਐਟ ਦਾ ਅਪਰੂਵਮੈਂਟ ਟੈਸਟ ਵੀ ਅਖਬਾਰ ਦੇ ਕੱਢਿਆ ਗਿਆ ਹੈ ਕਿ ਤੁਹਾਨੂੰ ਆਹ ਨੋਟਿਸ ਹੈਗਾ ਜੇ ਤੁਸੀਂ ਖਾਲੀ ਕਰ ਦਿਓ ਤੁਸੀਂ ਉਹ ਯਾਰ ਖਾਲੀ ਕਰ ਦਿਓ ਅਸੀਂ ਇਹਨਾਂ ਨੂੰ ਜਾ ਕੇ 10 ਵਜੇ ਮਿਲ ਕੇ ਆਏ ਹਾਂ ਕਿ ਭਾਈ ਆਹ ਦੇਖੋ ਤੁਹਾਡੇ ਡਾਕੂਮੈਂਟ ਨੇ ਤੁਹਾਨੂੰ ਹੀ ਵਿਖਾਉਣ ਡਿਆ ਜੇ ਮਾਫੀਆ ਗਲਤ ਕੰਮ ਕਰਾ ਗਿਆ ਹੈ ਜੇ ਕੋਈ ਇਨਸਾਨੀ ਨਾਲ ਚੀਜ਼ ਹੁੰਦੀ ਹੈ ਕੋਈ ਜੇ ਹਾਈ ਕੋਰਟ ਸੁਪਰੀਮ ਕੋਰਟ ਜਾ ਕੇ ਜੋ ਕੁਛ ਵੀ ਕਰਾਏ ਨੇ ਪਰ ਕਮ ਸੇ ਕਮ ਕਹਿਣ ਦਾ ਭਾਵ ਹੈ ਕਿ ਤੁਸੀਂ ਇੱਕ ਇਨਸਾਨ ਹੋ ਸਾਡੇ ਤੁਸੀਂ ਪਰਿਵਾਰ ਹੋ ਸਾਡੀ ਇਹ ਸਰਕਾਰ ਹੈ ਮਦਦ ਕਰੋ ਇਹਨਾਂ ਲੋਕਾਂ ਦੀ ਔਰ ਕਹਿਣ ਦਾ ਭਾਵ ਕਿੱਦਾਂ ਕਹਿੰਦੇ ਕਿ ਇਹ ਲੋਕ ਪਾਕਿਸਤਾਨ ਤੋਂ ਆ ਕੇ ਤਾਂ ਵਸੇ ਹੋ ਹੈਗੇ ਨੇ ਇਹ ਸਹੀ ਮੰਨ ਜੇ ਇੱਕ ਪਿੰਡ ਹੈ ਲਤੀਫਪੁਰਾ ਪਿੰਡ ਹੈ ਠੀਕ ਹੈ ਜੀ ਅੱਗੇ ਵੀ ਤੁਸੀਂ ਚਲੇ ਜਾਓ ਜੀ
ਠੀਕ ਹੈ ਇੱਥੇ ਮਸਜਿਦ ਹੈ ਜੀ जंग की लड़ाई जी होगी लड़ा के खप्पन बन के आया जे बच्चे भी नाल ही उत्ते पा के फिर अंदर मार के फिर ही तुसी कढोगे सानू ना साडा समान मासा मासा करके एक अपने घर नू इत्थे तक बचाया है इस टाइम असि बच्चे पालांगे ते जा किराए दवांगे अपना कब्जा ले जन इन्हां दा कब्जा कब्जा ते अपना ले चुके हुण गवांडियां दा कब्जा लैण आए आ जदों अहीं कहिंदा तुसीं निशानदेही कराओ ये चोर है महकमा ताहीं नहीं कराउण दिया करावे निशानदेही असि अपना समान खुद मार चखांगे पहला निशानदेही कराई जाए जिन्नी देर निशानदेही नहीं होगी अहीं अपने घर नहीं टहन देंगे अहीं मौत कबूल करांगे असि रात दा सिर ते कफन बन के बाहर बैठे हाँ असि तुहानूं चैलेंज करदे हाँ सानूं गोली मरवा दिओ पर असि अपने घर नहीं जे छड्डणे मिंती कराओ ताड़ी निकलदी आ असि गुरु दीआं लाडलीआं धीआं ने जे अपने घर अपना खाली करांगे आ साडी इक जबान आ साडी सुनवाई कीती जाए सानूं इंसाफ मिले साडी महकमे को मिंती कराई जाए असि अपना घर आप छड्डांगे आ असि होर तुहानूं कुछ नहीं कहना चाहुंदे साडी मिंती कराई जाए मिंती वल क्यों नहीं आउंदे असि किन्नीआं इन्हां नूं एप्लीकेशनां दित्तीआं किन्नीआं लैटरां डीसी नूं इंप्रूवमेंट ट्रस्ट नूं मुख्यमंत्रीआं तक चिट्ठीआं पातीआं साडीआं मरांगे ਇੰਨੇ ਕਾਇਰ ਨਹੀਂ ਕਿ ਇੱਧਰ ਚੱਲ ਜਾਾਂਗੇ ਦੋ ਤਰੀਕ ਨੂੰ